ਸੰਤ ਬਾਬਾ ਹਰਨਾਮ ਸਿੰਘ ਜੀ ਦੀ ਸਲਾਨਾ ਬਰਸੀ ਗੁਰਦੁਆਰਾ ਸ਼ਹੀਦਾਂ ਪਿੰਡ ਤਲਨ ਜਲੰਧਰ ਵਿਖੇ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਪੰਥ ਪ੍ਰਸਿੱਧ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਆਦਿ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਾਡੇ ਨਾਲ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਤੇ ਨਾਲ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਤੇ ਗੱਲਬਾਤ ਕਰਾਂਗੇ ਜੀ। ਅੱਜ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਦੀ ਸਲਾਨਾ ਬਰਸੀ ਮਨਾਈ ਜਾ ਰਹੀ ਪਿਛਲੇ ਦੋ ਦਿਨਾਂ ਤੋਂ, ਸਾਨੂੰ ਅੱਜ ਮੌਕਾ ਮਿਲਿਆ ਬਾਬਾ ਜੀ ਦੇ ਸਥਾਨ ਤੇ ਕੀਰਤਨ ਕਰਨ ਦਾ। ਅਸੀਂ ਦੋਨਾਂ ਭਾਈਆਂ ਨੇ, ਭਾਈ ਮਨਿੰਦਰ ਸਿੰਘ ਤੇ ਮੈਂ, ਮਿਲ ਕੇ ਅਸੀਂ ਕੀਰਤਨ ਕੀਤਾ ਔਰ ਸੰਗਤ ਨੇ ਬਹੁਤ ਪਿਆਰ ਦਿੱਤਾ ਔਰ ਸੰਗਤ ਨੇ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਬਾਣੀ ਨੂੰ ਗਾਇਨ ਕੀਤਾ। ਮਹਾਂਪੁਰਸ਼ਾਂ ਦੇ ਜੀਵਨ ਤੋਂ ਕੁਛ ਸਿੱਖਣ ਨੂੰ ਮਿਲਦਾ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸੋ ਸਭ ਸੰਗਤਾਂ ਨੂੰ ਬੇਨਤੀ ਹੈ, ਆਓ ਆਪਾਂ ਮਹਾਂਪੁਰਸ਼ਾਂ ਕੋਲੋਂ ਕੋਈ ਜੀਵਨ ਜਾਚ ਸਿੱਖੀਏ ਔਰ ਕੌਮ ਦੇ ਭਲੇ ਦੀ ਗੱਲ ਕਰੀਏ। ਸਰਦਾਰ ਕਰਮਦੀਪ ਸਿੰਘ ਜੀ ਭੁੱਲਰ ਬੜੇ ਪਿਆਰ ਨਾਲ ਸੇਵਾ ਕਰ ਰਹੇ ਹਨ, ਉਹਨਾਂ ਦੇ ਸਹਿਯੋਗੀਆਂ ਦਾ ਵੀ, ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਕਾ ਖਾਲਸਾ। ਮਨਿੰਦਰ ਸਿੰਘ ਜੀ ਕੁਛ ਕਹਿਣਾ ਚਾਹਣਗੇ? ਭਾਈ ਸਾਹਿਬ ਨੇ ਜੋ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਬੇਨਤੀਆਂ ਕੀਤੀਆਂ ਕਿ ਪਰਮਾਤਮਾ ਸਾਰੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ, ਚੜ੍ਹਦੀ ਕਲਾ ਵਾਲੇ ਆਗੂ ਹੋਣ ਸਾਡੇ, ਅਸੀਂ ਇਹ ਅਰਦਾਸ ਕਰਦੇ ਸਤਿਗੁਰ ਸਭ ਨੂੰ ਸਮਤ ਬਖਸ਼ੇ, ਗੁਰਮਤ ਬਖਸ਼ੇ ਔਰ ਅਸੀਂ ਉਹਨਾਂ ਸਿਧਾਂਤਾਂ ਤੇ ਪਹਿਰਾ ਦੇ ਸਕੀਏ ਜਿੱਥੇ ਚੱਲ ਕੇ ਅਸੀਂ ਗੁਰੂ ਦੀ ਔਰ ਉਸ ਪਰਮਾਤਮਾ ਦੀ ਉਸਦੀ ਬਣਾਈ ਹੋਈ ਖਲਕ ਦੀ ਸੇਵਾ ਕਰ ਸਕੀਏ। ਸਾਨੂੰ ਭਾਈ ਮਨਿੰਦਰ ਸਿੰਘ ਜੀ ਇਹਨਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ। ਤਹਿਸੀਲਦਾਰ ਜਲੰਧਰ ਇੱਕ ਕੰਮ ਰਿਸੀਵਰ ਗੁਰਦੁਆਰਾ ਨੇ ਸਰੋਪੇ ਦੇ ਕੇ ਜਥਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੈਨੇਜਰ ਬਲਜੀਤ ਸਿੰਘ, ਹਰਪ੍ਰੀਤ ਸਿੰਘ, ਹਸਪਤਾਲ ਪ੍ਰਸ਼ਾਸਕ ਰਿਤੂ ਚੱਡਾ, ਸੁਪਰਵਾਈਜ਼ਰ ਹਰਭਜਨ ਸਿੰਘ, ਮੁੱਖ ਗ੍ਰੰਥੀ ਭਾਈ ਮਨਜੀਤ ਸਿੰਘ, ਅਰਦਾਸੀਆ ਹਰਭਜਨ ਸਿੰਘ ਵੀ ਹੋਰਨਾਂ ਤੋਂ ਇਲਾਵਾ ਹਾਜ਼ਰ ਸਨ। ਮੰਚ ਦਾ ਸੰਚਾਲਨ ਤੀਰਥ ਸਿੰਘ ਢਿੱਲੋਂ ਨੇ ਕੀਤਾ। ਬਾਬਾ ਹਰਨਾਮ ਸਿੰਘ ਜੀ ਦੀ ਬਰਸੀ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਸਾਹਿਬ ਵਿਖੇ ਮਨਾਈ ਗਈ ਹੈ। ਸਰਦਾਰ ਕਰਮਜੀਤ ਸਿੰਘ ਭੁੱਲਰ ਬੜੇ ਸਹਿਯੋਗ ਨਿਗਰਾਨ ਦੇ ਰਿਸੀਵਰ ਨੇ, ਉਹਨਾਂ ਦੀ ਅਗਵਾਈ ਹੇਠ ਪ੍ਰੇਰਨਾ ਸੰਸਥਾ ਸੰਸਥਾ ਦੇ ਸਹਿਯੋਗ ਨਾਲ ਇਸ ਦੇ ਉੱਤੇ ਤਹਿਸੀਲਦਾਰ ਸਾਹਿਬ ਦਾ ਧੰਨਵਾਦ ਕਰਦਾ ਔਰ ਮੈਨੇਜਰ ਸਾਹਿਬ ਦਾ, ਸੱਚੇ ਪ੍ਰਬੰਧਕਾਂ ਦਾ ਜਿਹੜੇ ਇਹੋ ਜਿਹੇ ਸਟ੍ਰੈਟਿਜਿਕ ਪ੍ਰੋਗਰਾਮ ਕਰਵਾਉਂਦੇ ਨੇ। ਅੱਜ ਤੁਹਾਨੂੰ ਲੈ ਕੇ ਆ ਜੀ ਗੁਰਦੁਆਰਾ ਤਲਨ ਸਾਹਿਬ ਵਿਖੇ, ਜਲੰਧਰ ਦਾ ਇੱਕ ਮਹੱਤਵਪੂਰਨ ਉੱਤਰ ਭਾਰਤ ਦਾ ਇੱਕ ਪਵਿੱਤਰ ਸਥਾਨ ਜਿੱਥੇ ਅੱਜ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਅੱਜ ਬਰਸੀ ਸਮਾਗਮ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ ਤੇ ਗੱਲਬਾਤ ਕਰਾਂਗੇ ਕਰਨਦੀਪ ਸਿੰਘ ਭੁੱਲਰ ਜਿਹੜੇ ਰਿਸੀਵਰ ਨੇ, ਮੁੱਖ ਸੇਵਾਦਾਰ ਨੇ ਇਸ ਗੁਰਦੁਆਰਾ ਸਾਹਿਬ ਦੇ, ਅੱਜ ਦੇ ਸਮਾਗਮ ਬਾਰੇ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ। ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਲਨ ਸਾਹਿਬ ਵਿਖੇ ਅੱਜ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਬਰਸੀ 16 ਤੋਂ 18 ਜਨਵਰੀ 2019 ਨੂੰ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ
ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਗਤਾਂ ਨੂੰ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਜਿਨ੍ਹਾਂ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ। ਮੈਂ ਇੱਥੇ ਪਹੁੰਚਣ ਵਾਲੀ ਸਮੂਹ ਸੰਗਤ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੁਝ ਕਹਿਣਾ ਚਾਹੋਗੇ ਬਲਜੀਤ ਸਿੰਘ? ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਰਲਣ ਵੱਲੋਂ ਜੋ ਕਿ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਦੇ ਨਾਲ ਸੰਤ ਬਾਬਾ ਹਰਨਾਮ ਸਿੰਘ ਦੀ ਸਾਲਾਨਾ ਬਰਸੀ ਮਨਾਈ ਗਈ ਹੈ, ਅਸੀਂ ਸਮੂਹ ਸਟਾਫ ਵੱਲੋਂ ਸਰਦਾਰ ਕਰਮਦੀਪ ਸਿੰਘ ਭੁੱਲਰ ਵੱਲੋਂ ਇਹੀ ਅਰਦਾਸ ਕਰਦੇ ਹਾਂ ਕਿ ਸਾਨੂੰ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਆਪਣੀ ਸੇਵਾ ਭੈ ਭਾਵਨੀ ਦੇ ਵਿੱਚ ਰਹਿ ਕੇ ਆਪਣੀ ਸੇਵਾ ਆਪ ਲੈ ਲੈਣ। ਆਈਆਂ ਹੋਈਆਂ ਸੰਗਤਾਂ ਦਾ ਸਮੂਹ ਸਾਹਿਬ ਸੰਗਤ ਨੂੰ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ ਅਤੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਇਹ ਸਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ, ਇਹਨਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ। ਮੈਂ ਪ੍ਰਵੀਨ ਸ਼ਰਮਾ, ਪ੍ਰੋਗਰਾਮ ਪ੍ਰੋਡਿਊਸਰ, ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਧੰਨਵਾਦ ਕਰਦਾ।